ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਹੋਣ ਵਾਲੀ ਸੰਗਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਇੱਕ ਗੱਠੜੀ ਕਰ ਮੋਟਰਸਾਈਕਲ ਪਾਰਕਿੰਗ ਅਤੇ ਜੋੜਾ ਘਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਖੁਦਾਈ ਦੇ ਦੌਰਾਨ ਨਿਕਲੀ ਪੁਰਾਤਨ ਇਮਾਰਤ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਇੱਕ ਹੋਰ ਨਵਾਂ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਜ਼ਮੀਨ ਥੱਲੋਂ ਨਿਕਲੀ ਇਮਾਰਤ ਕੋਈ ਵੀ ਪੁਰਾਤਨ ਨਹੀਂ ਹੈ ਅਤੇ ਸ਼ਰਧਾਲੂਆਂ ਦੀ ਆਮਦ ਲਈ ਅਸੀਂ ਹਰ ਇੱਕ ਸੰਭਵ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਦੋਂ ਵੀ ਭਾਰੀ ਗਿਣਤੀ 'ਚ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਤਾਂ ਉਹਨਾਂ ਨੂੰ ਮੋਟਰਸਾਈਕਲ ਲਗਾਉਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਲਾਈਵ। ਦੂਸਰੇ ਪਾਸੇ ਬਹੁਤ ਲੰਬੇ ਸਮੇਂ ਤੋਂ ਕਾਫ਼ੀ ਦਿਨਾਂ ਤੋਂ ਜਿਹੜੀ ਆਮ ਤੌਰ 'ਤੇ ਚਰਚਾ ਚੱਲਦੀ ਹੈ ਉਹਦੇ ਸੰਬੰਧ ਵਿੱਚ ਜਿਹੜੀ ਅਸੀਂ ਬਣਾ ਰਹੇ ਹਾਂ ਜੋੜਾ ਘਰ ਅਤੇ ਗੱਠੜੀ ਘਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੀ ਸਾਈਡ ਦੇ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਦੇ ਵਿੱਚ, ਕਿਉਂਕਿ ਇਹ ਲੋਕ ਹਿੱਤ ਵਿੱਚ ਕੰਮ ਕੀਤਾ ਜਾ ਰਿਹਾ, ਜੋੜਾ ਘਰ ਬਣਾਇਆ ਜਾ ਰਿਹਾ ਔਰ ਉਹਦੀ ਬੇਸਮੈਂਟ ਦੇ ਵਿੱਚ ਸਕੂਟਰ ਮੋਟਰਸਾਈਕਲ ਅਤੇ ਸਾਈਕਲ ਖੜ੍ਹੇ ਹੋਣ ਵਾਸਤੇ ਥੱਲੇ ਬੇਸਮੈਂਟ ਤਿਆਰ ਕੀਤਾ ਜਾ ਰਿਹਾ, ਕਿਉਂਕਿ ਇੰਨੀ ਮੁਸ਼ਕਲ ਉੱਥੇ ਬਣਦੀ ਹੈ, ਇੰਨੀ ਤਕਲੀਫ ਆਉਂਦੀ ਹੈ ਕਿ ਰੋਜ਼ ਕੋਈ ਨਾ ਕੋਈ ਮੋਟਰਸਾਈਕਲ ਸਕੂਟਰ ਸਾਈਕਲ ਜਿਹੜਾ ਜ਼ਰੂਰ ਕੋਈ ਨਾ ਕੋਈ ਗੁਆਚਦਾ ਵੀ ਹੈ ਅਤੇ ਆਮ ਸਹਿਮ ਵੀ ਰਹਿੰਦੀ ਹੈ ਜਿਹੜੇ ਸਕੂਟਰਾਂ ਮੋਟਰਸਾਈਕਲ 'ਤੇ ਆਉਂਦੇ ਹੈ ਕਿ ਪਤਾ ਨਹੀਂ ਉੱਥੇ ਕੀ ਵਾਪਰ ਜਾਣਾ, ਸਾਰੇ ਰਸਤੇ ਬਲੌਕ ਹੋ ਜਾਂਦੇ ਹੈ, ਬਾਜ਼ਾਰਾਂ ਵਿੱਚ ਜਾਣ ਵਾਸਤੇ ਜਗ੍ਹਾ ਨਹੀਂ ਰਹਿ ਜਾਂਦੀ, ਸ਼੍ਰੀ ਦਰਬਾਰ ਸਾਹਿਬ ਨੂੰ ਵੜਨ ਵਾਸਤੇ ਲੋਕ ਬੜੇ ਪਰੇਸ਼ਾਨ ਹੁੰਦੇ ਹੈ। ਉਹ ਸਾਰੀ ਸੰਗਤ ਦੀ ਪਰੇਸ਼ਾਨੀ ਨੂੰ ਦੇਖਦਿਆਂ ਹੋਇਆਂ ਜਿੱਥੇ ਬੇਸਮੈਂਟ ਸਕੂਟਰ ਮੋਟਰਸਾਈਕਲ ਅਤੇ ਸਾਈਕਲਾਂ ਵਾਸਤੇ ਤਿਆਰ ਕੀਤੀ ਜਾ ਰਹੀ ਹੈ ਉੱਥੇ ਉੱਪਰ ਗੱਠੜੀ ਘਰ ਅਤੇ ਜੋੜਾ ਘਰ ਤਿਆਰ ਕੀਤਾ ਜਾਣਾ। ਇਹਦੇ ਖੁਦਾਈ ਕਰਦਿਆਂ ਸਮੇਂ ਜਦੋਂ ਬੇਸਮੈਂਟ ਦੇ ਵਿੱਚ ਇੱਕ ਬਿਲਡਿੰਗ ਦਿਸੀ, ਤੁਰੰਤ ਖੁਦਾਈ ਉੱਥੋਂ ਬੰਦ ਕਰਕੇ ਉਹਨੂੰ ਢੱਕ ਦਿੱਤਾ ਗਿਆ ਸੀ ਔਰ ਡਿਪਟੀ ਕਮਿਸ਼ਨਰ ਸ਼੍ਰੀ ਅੰਮ੍ਰਿਤਸਰ ਸਾਹਿਬ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਖਹਿਰਾ ਸਾਹਿਬ ਜੀ ਨੇ ਤੁਰੰਤ ਜਿਹੜਾ ਸੀਗਾ ਆਰਕੋਲੋਜੀ ਡਿਪਾਰਟਮੈਂਟ ਦਿੱਲੀ ਉਹਨਾਂ ਨੂੰ ਲਿਖਿਆ, ਟੀਮ ਆਈ, ਟੀਮ ਨੇ ਸਾਰਾ ਸਰਵੇ ਕੀਤਾ ਔਰ ਉਹਨਾਂ ਨੇ ਜਿਹੜਾ ਗੱਲ ਕਹੀ ਹੈ ਕਿ ਇਹਦਾ ਸਾਡੇ ਕਾਗਜ਼ਾਂ ਵਿੱਚ ਕੋਈ ਹਿਸਟੋਰੀਕਲ ਜਾਂ ਸਾਡੇ ਕਾਗਜ਼ਾਂ ਦੇ ਵਿੱਚ ਕੋਈ ਇਹਦਾ ਨਹੀਂ ਹੈਗਾ, ਇਤਿਹਾਸ ਨਹੀਂ ਦਿਸਦਾ। ਪਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਤੁਸੀਂ ਕੋਈ 64 ਧਾਰਾ ਦੇ ਅਧੀਨ ਜਿਹੜੀ ਕਾਰਵਾਈ ਹੈ ਉਹ ਆਪਣੀ ਕਰਕੇ ਦੇਖੋ ਕਿ ਇਹਨੂੰ ਕਿਸ ਤਰ੍ਹਾਂ ਸਿਕਿਓਰ ਕੀਤਾ ਜਾ ਸਕਦਾ। ਉਹਦੇ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਪੂਰਾ ਡਿਸਕਸ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਉਹ ਟੂਰਿਜ਼ਮ ਵਿਭਾਗ ਨੂੰ, ਕਿਉਂਕਿ ਇਹ ਜਿਹੜਾ ਕੰਮ ਹੈ ਇਹ ਟੂਰਿਜ਼ਮ ਵਿਭਾਗ ਦੇ ਨੀਚੇ ਆਉਂਦਾ ਹੈ, ਉਹਨਾਂ ਦੇ ਅੰਡਰ ਆਉਂਦਾ, ਇਸ ਕਰਕੇ ਉਹਨਾਂ ਨੂੰ ਲਿਖ ਦਿੱਤਾ ਕਿ ਇਹ ਤੁਰੰਤ ਆਪਣੀ ਟੀਮ ਭੇਜੀ ਜਾਵੇ, ਉਹ ਉਹਨੂੰ ਆ ਕੇ ਦੇਖੇ ਤਾਂ ਜੋ ਇਹਨੂੰ ਅਸੀਂ ਕਿਸ ਢੰਗ ਦੇ ਨਾਲ ਪ੍ਰਿਜ਼ਰਵ ਕਰ ਸਕਦੇ ਹਾਂ ਔਰ ਕਿਸ ਢੰਗ ਦੇ ਨਾਲ ਇਹਦਾ ਕੀ ਕਿਸ ਇਤਿਹਾਸ ਨਾਲ ਨਾਤਾ ਹੈ ਜਾਂ ਕੀ ਹੈ। ਉਹ ਟੂਰਿਜ਼ਮ ਵਿਭਾਗ ਜਲਦੀ ਪਹੁੰਚਣਗੇ ਅਤੇ ਉਹ ਸਾਡੀ ਸਾਰੀ ਜਿਹੜੀ ਅਗਲੀ ਕਾਰਵਾਈ ਹੈ ਉਹ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜਦੋਂ ਉਹਦੀ ਰਿਪੋਰਟ ਆਏਗੀ ਉਹ ਸਾਨੂੰ ਦੱਸਣਗੇ, ਉਹਦੇ ਅਨੁਸਾਰ ਹੀ ਇੱਕ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਅਤੇ ਇਸ ਜਿਹੜੀ ਇਮਾਰਤ ਹੈ ਜਿਹੜੀ ਨਿਕਲੀ ਹੈ ਉਹਨੂੰ ਅਸੀਂ ਸਾਂਭ ਸਕਾਂਗੇ। ਸੋ ਮੈਂ ਇਹਦੇ ਨਾਲ ਹੀ ਅਸੀਂ 4-5 ਹਿਸਟੋਰੀਅਨ ਜਿਹੜੇ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਲਿਖ ਦਿੱਤਾ ਕਿ ਉਹ ਜਿਹੜੇ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਜਾਂ ਜਿਨ੍ਹਾਂ ਨੇ ਸਾਰੇ ਗੁਰਦੁਆਰੇ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਜਿਨ੍ਹਾਂ ਰਿਸਰਚ ਕੀਤੀ ਹੋਈ ਹੈ, ਜਿਨ੍ਹਾਂ ਨੇ PhDਆਂ ਕੀਤੀਆਂ ਹੋਈਆਂ, ਉਹ ਵੀ ਹਿਸਟੋਰੀਅਨ ਵੀ, ਉਹ ਸਾਰਿਆਂ ਨੂੰ ਅਸੀਂ ਚਿੱਠੀ ਕੱਢੀ ਹੈ ਕਿ ਤੁਸੀਂ ਵੀ ਇਸ ਗੱਲ ਦੀ ਸਟੱਡੀ ਕਰੋ ਕਿ ਇਹ ਕਿਸ ਨਾਲ ਸੰਬੰਧਿਤ ਰੱਖਦੀ ਹੈ, ਕੀ ਚੀਜ਼ ਹੈ, ਤਾਂ ਜੋ ਅਸੀਂ ਇਹਨੂੰ ਸਾਂਭ ਕੇ ਰੱਖ ਸਕੀਏ। ਸੋ ਮੈਂ ਸਭੀ ਦੀ ਹਾਂ ਕਿ ਸੰਗਤ ਵਿੱਚ ਕੋਈ ਭੰਬਲ ਭੂਸਾ ਨਹੀਂ ਹੋਣਾ ਚਾਹੀਦਾ, ਅਸੀਂ ਤੁਹਾਡੇ ਸੇਵਕ ਹੈ, ਅਸੀਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਐਸਾ ਕੰਮ ਨਹੀਂ ਕੀਤਾ ਜਾਏਗਾ ਜਿਹਦੀ ਸੰਗਤ ਦੇ ਮਨ ਨੂੰ ਕੋਈ ਠੇਸ ਪਹੁੰਚੇ। ਸਗੋਂ ਸਾਡੇ ਵਾਸਤੇ ਤਾਂ ਇਹ ਮੈਂ ਸਮਝਦੀ ਖੁਸ਼ਕਿਸਮਤੀ ਹੋਏਗੀ ਕਿ ਜਿਹੜੀ ਬਿਲਡਿੰਗ 1988 ਦੇ ਵਿੱਚ ਸੈਂਟਰ ਗੌਰਮੈਂਟ ਵੱਲੋਂ ਦੱਬ ਦਿੱਤੀਆਂ ਗਈਆਂ, ਢਾ ਦਿੱਤੀਆਂ ਗਈਆਂ, ਅਕੁਆਇਰ ਕਰਨ ਉਪਰੰਤ ਖਰੀਦ ਲਈਆਂ ਗਈਆਂ, ਕਿ ਉਹ ਬਿਲਡਿੰਗ ਨੂੰ ਅੱਜ ਖੁਦਾਈ ਦੇ ਕਰਕੇ ਸਾਡੇ ਸਾਹਮਣੇ ਆਈ ਹੈ
मैं समझती हाँ कि साढ़े वास्ते एक बहुत बड़ी खुशकिस्मती होएगी कि कोई ये नाल कोई नाता हिस्टोरिकली हो संगत के सामने कर सकी और प्रिजर्व कर सकी। बहुत धन्यवाद जी। वाहेगुरू जी का खालसा, वाहेगुरू जी की फतेह।